ਆਮ ਡਿਸਕਵਰ ਪੰਜਾਬ ਦੀ ਤਰਫੋਂ ਖੁਸ਼ ਆਮਦੀਦ। ਅੱਜ ਸਾਡੇ ਬਹਾਵਲਪੁਰ ਦੇ ਵਿੱਚ ਸ਼ਾਹਦ ਅਫਰੀਦੀ ਟੇਪ ਬਾਲ ਦਾ ਸ਼ਾਹਦ ਅਫਰੀਦੀ ਤਮੀਰ ਭਾਈ ਆਏ ਹੋਏ ਨੇ, ਜਿਹੜੀ ਕੋਸ਼ਿਸ਼ ਕਰਦੇ ਕਿ ਹਰ ਬਾਲ ਤੇ ਛੱਕਾ, ਹਰ ਬਾਲ ਤੇ ਛੱਕਾ ਮਾਰਨ ਚ ਕਾਮਯਾਬ ਵੀ ਹੋ ਜਾਂਦੇ। ਮਾਸ਼ਾਅੱਲਾ, ਅੱਲਾ ਪਾਕ ਨੇ ਇਸ ਗੇਮ ਦੇ ਵਿੱਚ ਟੇਪ ਬਾਲ ਦੇ ਵਿੱਚ ਜਿੰਨੀ ਤਮੂਰ ਭਾਈ ਨੂੰ ਇੱਜ਼ਤ ਦਿੱਤੀ ਹੈ, ਸ਼ਾਇਦ ਕਿਸੇ ਬੈਟਸਮੈਨ ਨੂੰ ਦਿੱਤੀ ਹੋਵੇ। ਅਸੀਂ ਇਹਨਾਂ ਨੂੰ ਅੱਜ ਪੁੱਛਦੇ ਹਾਂ ਕਿ ਤਮੂਰ ਭਾਈ ਇੰਨੀ ਮਿਹਨਤ ਕਰ, ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਇਸ ਮੁਕਾਮ ਤੇ ਪਹੁੰਚਣ ਨੂੰ? ਅਸਲਾਮੁਅਲੈਕਮ। ਵਾਲੇਕੁਮ ਸਲਾਮ। ਤਮੂਰ ਭਾਈ ਕੀ ਹਾਲ ਹੈ? ਠੀਕ ਅੱਲਾ ਦਾ ਸ਼ੁਕਰ, ਠੀਕ ਠਾਕ। ਤਮੂਰ ਭਾਈ, ਤੁਸੀਂ ਹਰ ਬਾਲ ਤੇ ਮਾਸ਼ਾਅੱਲਾ ਛੱਕਾ ਮਾਰਦੇ ਹੋ, ਟੇਪ ਬਾਲ ਦੇ ਤੁਸੀਂ ਸ਼ਾਹਦ ਅਫਰੀਦੀ ਗਿਣੇ ਜਾਂਦੇ ਹੋ, ਠੀਕ ਹੈ। ਅਗਰ ਤੁਸੀਂ ਦਿਲ ਜਾਣ ਨਾਲ ਮਿਹਨਤ ਕਰਦੇ ਹੋ ਤੁਹਾਨੂੰ ਸਾਰੀ ਚੀਜ਼ਾਂ ਲੱਭ ਜਾਂਦੀਆਂ ਨੇ। ਅਗਰ ਤੁਸੀਂ ਮਿਹਨਤੀ ਨਹੀਂ ਆ ਤੁਹਾਨੂੰ ਕੁਛ ਨਹੀਂ ਮਿਲੇਗਾ। ਤੇ ਬਾਕੀ ਅਲਹਮਦੁਲਿਲਾ ਤੁਹਾਨੂੰ ਪਤਾ 4-5 ਓਵਰ ਦੀ ਕ੍ਰਿਕਟ ਹੁੰਦੀ ਹੈ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਛੱਕੇ ਲੱਗਣ, ਤੇ ਅੱਜ ਵੀ ਇਨਸ਼ਾਅੱਲਾ ਅੱਲਾ ਖੈਰ ਕਰੇ ਛੱਕੇ ਲੱਗਣ। ਅੱਲਾ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਦੁਆ ਗਵਾਂ। ਪਾਕਿਸਤਾਨ ਦਾ ਕਿਹੜਾ ਬਾਲਰ ਆ ਜਿਹਨੇ ਤੁਹਾਨੂੰ ਕਦੀ ਪਰੇਸ਼ਾਨ ਕੀਤਾ ਹੋਵੇ ਬਾਲਿੰਗ ਦੇ ਵਿੱਚ? ਪਰੇਸ਼ਾਨ ਤਾਂ ਕੋਈ ਵੀ ਨਹੀਂ ਜੀ, ਬਸ ਕੰਡੀਸ਼ਨਾਂ ਹੁੰਦੀਆਂ ਨੇ, ਕਦੀ ਕਦੀ ਬੰਦੇ ਕੋਲ ਨਹੀਂ ਵੀ ਖੜਾ ਜਾਂਦਾ ਵੀ, ਲੇਕਿਨ ਪਰੇਸ਼ਾਨੀ ਕਿਸੇ ਤੋਂ ਨਹੀਂ ਹੁੰਦੀ ਅਲਹਮਦੁਲਿਲਾ। ਸਹੀ ਹੈ, ਯਾਨੀ ਤੁਹਾਨੂੰ ਹਰ ਬਾਲਰ ਈਜ਼ੀ ਲੱਗਦਾ? ਅਲਹਮਦੁਲਿਲਾ, ਸਾਡੀ ਮਿਹਨਤ ਇਸ ਲੈਵਲ ਦੀ ਕਿ ਸਾਨੂੰ ਬਾਲਰ ਈਜ਼ੀ ਲੱਗਦਾ ਵੀ ਜਦੋਂ ਖਲੋਤੇ ਹੁੰਦੇ ਆ, ਜਦੋਂ ਨਾ ਲੱਗਦੀ ਆਉਣ ਫਿਰ ਸਾਰੀ ਮੁਸ਼ਕਲ। ਜਿੱਦਾਂ ਪਾਕਿਸਤਾਨੀ ਕਾਲੀਆ ਆ ਜਾਂ ਹੋਰ 2-4 ਨਾਂ ਆ, ਅੱਛੇ ਬਾਲਰ ਫੇਸ ਕਰਦੇ ਆ, ਮੁਸ਼ਕਲ ਨਹੀਂ। ਅੱਛੇ ਬਾਲਰ ਨੇ, ਮਾਸ਼ਾਅੱਲਾ ਉਹਨਾਂ ਦਾ ਇੱਕ ਨਾਮ ਹੈ, ਇੱਕ ਮੁਕਾਮ ਹੈ ਉਹਨਾਂ ਦਾ, ਲੇਕਿਨ ਅਲਹਮਦੁਲਿਲਾ ਜਦੋਂ ਖੇਡਦੇ ਹੋਈਦਾ ਉਦੋਂ ਕੋਈ ਮੁਸ਼ਕਲ ਨਹੀਂ ਲੱਗਦਾ। ਤੁਹਾਨੂੰ ਕ੍ਰਿਕਟ ਖੇਡਦੇ ਹੋਏ ਕਿੰਨੇ ਸਾਲ ਹੋ ਗਏ? ਮੈਨੂੰ ਪ੍ਰੋਫੈਸ਼ਨਲ ਖੇਡਦੇ 12 ਸਾਲ ਹੋ ਗਏ। 12 ਸਾਲ ਹੋ ਗਏ, ਮਾਸ਼ਾਅੱਲਾ ਜੀ। ਸਾਡੀ ਦੁਆ ਆ ਅੱਲਾ ਤਾਲਾ, ਤੁਸੀਂ ਮੇਰਾ ਖਿਆਲ ਆ 2 ਜਾਂ 3 ਮਹੀਨੇ ਮੈਂ ਇਹ ਗੱਲ ਕਹਿ ਸਕਦਾ ਕਿ ਬਹਾਵਲਪੁਰ ਤੁਹਾਡਾ ਦੂਸਰਾ ਘਰ ਆ। ਬਿਲਕੁਲ ਜੀ, ਬਿਲਕੁਲ, ਆਸੇਪੁਰ ਤੇ ਬਹਾਵਲਪੁਰ ਮੇਰਾ ਦੂਸਰਾ ਘਰ ਹੈ ਜੀ। ਜੀ, ਇਸ ਵਾਸਤੇ ਜੀ ਨਾਜ਼ਰੀਨ, ਬਹਾਵਲਪੁਰ ਦੇ ਵਿੱਚ 2 ਤੋਂ 3 ਮਹੀਨਿਆਂ ਬਾਅਦ ਕੋਈ ਨਾ ਕੋਈ ਟੂਰਨਾਮੈਂਟ ਜਦੋਂ ਵੀ ਹੁੰਦਾ ਉਦੋਂ ਤਮੀਰ ਭਾਈ ਇੱਥੇ ਹੁੰਦੇ ਆ। ਬਹਾਵਲਪੁਰ ਤੇ ਹਾਸਲਪੁਰ ਇਹ ਸਮਝਦੇ ਮੇਰੇ ਆਪਣੇ ਘਰ ਆ, ਬਹਾਵਲਪੁਰ ਨੂੰ ਆਪਣਾ ਘਰ ਸਮਝਦੇ, ਇਹ ਸਾਡੇ ਸਾਰੇ ਬਹਾਵਲਪੁਰੀਆਂ ਵਾਸਤੇ ਬੜੀ ਆਨਰ ਦੀ ਗੱਲ ਆ ਤੇ ਇਹ ਹਰ ਬੰਦੇ ਨੂੰ ਇੱਜ਼ਤ ਦਿੰਦੇ ਆ। ਅੱਲਾ ਪਾਕ ਨੇ ਮੇਰਾ ਖਿਆਲ ਆ ਇਸੇ ਵਾਸਤੇ ਇਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੱਤੀ। ਤਮੂਰ ਭਾਈ ਬੜੀ ਮਿਹਰਬਾਨੀ। ਹਾਂਜੀ ਸਜਣਾ ਤੇ ਮਿੱਤਰੋ, ਹੁਣ ਮੈਚ ਸ਼ੁਰੂ ਹੋਣ ਲੱਗਾ ਵਾ। ਇਸ ਵੀਡੀਓ ਦੇ ਵਿੱਚ ਤੁਹਾਨੂੰ ਤਮੂਰ ਮਿਰਜ਼ਾ ਦੇ ਜ਼ਿਆਦਾਤਰ ਛੱਕੇ ਦੇਖਣ ਨੂੰ ਮਿਲਣਗੇ, ਜਿਹੜੇ ਕਿ ਪਾਕਿਸਤਾਨ ਦੇ ਬ੍ਰਾਂਡ ਆ। TM ਇਹਨਾਂ ਦਾ ਸੈਕਿੰਡ ਨਾਮ ਆ, ਟੇਪ ਬੋਲ ਦੇ ਬ੍ਰਾਂਡ ਦੂਸਰੇ ਸ਼ਾਹਦ ਅਫਰੀਦੀ। ਹੁਣ ਤੁਹਾਨੂੰ ਇਹਨਾਂ ਦੇ ਛੱਕੇ ਦਿਖਾਉਂਦੇ ਹਾਂ, ਚਲੋ ਆਓ ਚੱਲੀਏ ਵੀਡੀਓ ਦੀ ਤਰਫ। Thank you.
ਮਿੱਤਰੋ ਅੱਜ ਦੀ ਵੀਡੀਓ ਇੰਨੀ ਕੀ ਕਿਉਂਕਿ ਇਹ ਇੱਕ ਵੱਡਾ ਵਲੋਗ ਨਹੀਂ ਬਣਾ ਸਕਦੇ, ਬਹੁਤ ਜ਼ਿਆਦਾ ਟਾਈਮ ਲੱਗਦਾ ਵਾ। ਅਤੇ ਇਨਸ਼ਾਅੱਲਾ ਜਿਹੜਾ ਕਿ ਅੱਜ ਰਾਤ ਤੁਹਾਨੂੰ ਲਾਈਵ ਦਿਖਾਇਆ ਜਾਏਗਾ, ਉੱਥੇ ਮੈਚ ਅੱਜ ਰਾਤ ਵੀ ਮੈਚ ਆ, ਤੈਮੂਰ ਮਿਰਜ਼ਾ ਵੀ ਹੋਣਗੇ, ਫਾਦਮੀਆ ਚੰਨੂ ਵੀ ਹੋਣਗੇ, ਬਹੁਤ ਸਾਰੇ ਇੱਦਾਂ ਬ੍ਰੈਂਡ ਜਿਹੜੇ ਪਾਕਿਸਤਾਨ ਦੇ ਟੇਬਲ ਦੇ ਬ੍ਰੈਂਡ ਆ ਉਹ ਹੋਣਗੇ, ਤੁਹਾਨੂੰ ਲਾਈਵ ਮੈਚ ਦਿਖਾਏ ਜਾਣਗੇ ਐਸੀ ਚੈਨਲ ਦੇ ਉੱਤੇ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਰਾਤ 10:30 ਇੱਕ ਵਾਰੀ ਔਨਲਾਈਨ ਹੋ ਕੇ ਜਿਹਨੇ ਜਿਹਨੂੰ ਮੈਚਾਂ ਦਾ ਸ਼ੌਕ ਆ ਉਹ ਜ਼ਰੂਰ ਦੇਖਣਾ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤਾਂ, ਅੱਲਾ ਹਾਫਿਜ਼।